ਜਦੋਂ ਅਸੀਂ ਆਪਣੀਆਂ ਹੀ ਖੇਡਦੇ ਸੀਗੇ ਹਨਾ, ਉੱਥੇ ਪਤਾ ਨਹੀਂ ਲੱਗਿਆ ਕਦੋਂ ਉੱਤੇ ਚੜ ਗਿਆ ਜੀ ਟ੍ਰੇਨ ਦੇ ਡੱਬੇ ਤੇ ਚੜਿਆ ਉੱਪਰ। ਹਾਂਜੀ ਹਾਂਜੀ ਟ੍ਰੇਨ ਦੇ ਡੱਬੇ ਉੱਪਰ ਫੋਟੋ ਖਿਚਾਉਣ ਲੱਗਾ ਸੀ। ਨਹੀਂ ਨਹੀਂ ਸਰ ਜੀ, ਪਰ ਫੋਟੋ ਨਹੀਂ ਖਿਚਾਉਣ ਲੱਗਾ ਸੀ। ਇਹਦਾ ਨਾਮ ਕੀ ਹੈ? ਪਤਾ ਨਹੀਂ ਕਿੱਦਾਂ ਚੜ ਗਿਆ। ਇਹਦਾ ਨਾਮ ਕੀ ਹੈ? ਇਹਦਾ ਨਾਮ ਸਰ ਲਾਭ। ਪਿਤਾ ਦਾ ਨਾਮ ਕੀ ਹੈ? ਦਵਿੰਦਰ। ਕਿਹੜੇ ਪਿੰਡ ਤੋਂ? ਬੈਂਗਲੌਰ। ਸਕੂਲੋਂ ਛੁੱਟੀ ਕੀਤੀ ਸੀ? ਮਰੀਜ਼ ਲੈ ਕੇ ਆਇਆ ਸਾਡੇ ਕੋਲ, ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉੱਥੇ ਰੇਲਵੇ ਲਾਈਨ ਤੋਂ, ਤੇ ਉਹਦਾ ਕਾਫੀ ਬੰਨ ਹੋਇਆ ਸੀ। ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ। ਕਿੰਨੇ ਕੁ ਪਰਸਨ ਸੜੇ ਆ? ਸੜਿਆਂ ਦਾ ਪਰਸ ਸਾਰਾ ਅੱਗੋਂ ਫਰੰਟ ਉਹਦਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਹੋਇਆ ਸੀ। ਜੋ ਕਿ 17 ਸਾਲ ਦੀ ਉਮਰ ਦਾ ਲੜਕਾ ਸੀ, ਸਾਨੂੰ ਜਲਵਿੰਦਰ ਸਿੰਘ ਕਰਵਾਇਆ ਪਿੰਡ ਦਾ ਸੀ। ਉਹ ਮਰੀਜ਼ ਲੈ ਕੇ ਆਇਆ ਸਾਡੇ ਕੋਲ, ਸੁਣਨ 'ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉੱਥੇ ਰੇਲਵੇ ਲਾਈਨ ਤੋਂ, ਅਤੇ ਉਹਦਾ ਕਾਫੀ ਬੰਨ ਹੋਇਆ ਸੀ। ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ। ਕਿੰਨੇ ਕੁ ਪਰਸਨ ਸੜੇ ਆ? ਸੜਿਆਂ ਦਾ ਪਰਸ ਸਾਰਾ ਅੱਗੋਂ ਫਰੰਟ ਉਹਦਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਹੋਇਆ ਸੀ। ਜੋ ਕਿ 17 ਸਾਲ ਦੀ ਉਮਰ ਦਾ ਲੜਕਾ ਸੀ, ਸਾਨੂੰ ਜਲਵਿੰਦਰ ਸਿੰਘ ਕਰਵਾਇਆ ਪਿੰਡ ਦਾ ਸੀ। ਉਹ ਮਰੀਜ਼ ਲੈ ਕੇ ਆਇਆ ਸਾਡੇ ਕੋਲ, ਸੁਣਨ 'ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉੱਥੇ ਰੇਲਵੇ ਲਾਈਨ ਤੋਂ, ਅਤੇ ਉਹਦਾ ਕਾਫੀ ਬੰਨ ਹੋਇਆ ਸੀ। ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ। ਕਿੰਨੇ ਕੁ ਪਰਸਨ ਸੜੇ ਆ? ਸੜਿਆਂ ਦਾ ਪਰਸ ਸਾਰਾ ਅੱਗੋਂ ਫਰੰਟ ਉਹਦਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਹੋਇਆ ਸੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।